ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਮੈਸੇਜ ਤੇ ਕਮੈਂਟ ਕਰਕੇ ਵਾਰ ਵਾਰ ਪੁੱਛ ਰਹੇ ਸੀ ਕਿ ਇਹ ਦੱਸੋ ਕਿ ਹੈਪੀ ਰਾਏ ਕੋਟੀ, ਵੀਤ ਬਲਜੀਤ ਤੇ ਨਰਿੰਦਰ ਬਾਠ ਇੱਕ ਗਾਣਾ ਕਿੰਨੇ ਲੱਖ ਦਾ ਸੇਲ ਕਰਦੇ ਆ। ਤਾਂ ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਨਾਂ ਤਿੰਨਾਂ ਦਾ ਹੀ ਪ੍ਰਾਈਜ਼ ਲਗਭਗ 1.5 ਲੱਖ ਰੁਪਇਆ ਇੱਕ ਗਾਣੇ ਦਾ। ਜੇ ਤੁਸੀਂ ਇਹਨਾਂ ਤੋਂ ਗਾਣਾ ਖਰੀਦਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਨੂੰ ਮਿਲਣਾ ਪੈਂਦਾ ਜਾ ਕੇ, ਫਿਰ ਤੁਸੀਂ ਆਪਣੀ ਰਿਕੁਆਇਰਮੈਂਟ ਦੱਸਦੇ ਤੁਹਾਨੂੰ ਕਿਸ ਤਰ੍ਹਾਂ ਦਾ ਗਾਣਾ ਚਾਹੀਦਾ। ਜੇ ਇਹਨਾਂ ਕੋਲ ਉਸੇ ਤਰ੍ਹਾਂ ਦਾ ਗਾਣਾ ਪਿਆ ਹੋਵੇ ਤਾਂ ਤੁਹਾਨੂੰ ਉਹੀ ਗਾਣਾ ਦੇ ਦਿੰਦੇ ਆ, ਨਹੀਂ ਤਾਂ ਜੇ ਤੁਸੀਂ ਕੁਛ ਡਿਫਰੈਂਟ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਰਿਕੁਆਇਰਮੈਂਟ ਦੱਸ ਕੇ ਇਹਨਾਂ ਤੋਂ ਗਾਣਾ ਲਿਖਵਾ ਵੀ ਸਕਦੇ ਹੋ। ਪਰ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਐਡਵਾਂਸ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਆ ਅਤੇ ਉਸ ਤੋਂ ਬਾਅਦ ਇਹ ਤੁਹਾਨੂੰ ਲਗਭਗ 5 ਤੋਂ 6 ਦਿਨਾਂ ਦੇ ਵਿੱਚ ਗਾਣਾ ਲਿਖ ਕੇ ਦੇ ਦਿੰਦੇ ਆ। ਅਤੇ ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ, ਹੈਪੀ ਰਾਏ ਕੋਟੀ, ਵੀਤ ਬਲਜੀਤ ਅਤੇ ਨਰਿੰਦਰ ਬਾਠ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅੱਜ ਕੱਲ੍ਹ ਸਟਾਰ ਬਣ ਚੁੱਕੇ ਆ। ਇਹਨਾਂ ਦਾ ਹਰ ਇੱਕ ਗਾਣਾ ਜਿਹੜਾ ਉਹ ਸੁਪਰ ਡੁਪਰ ਹਿੱਟ ਜਾਂਦਾ। ਜੇ ਆਪਾਂ ਕਹੀਏ ਕਿ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲਿਖਣ ਦੇ ਮਾਮਲੇ ਵਿੱਚ ਐਜ਼ ਏ ਰਾਈਟਰ ਇਹ ਬ੍ਰਾਂਡ ਆ, ਤਾਂ ਇਹ ਕੋਈ ਝੂਠ ਨਹੀਂ ਹੋਊਗਾ, ਬਿਲਕੁਲ ਸੱਚ ਆ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਅਤੇ ਦੋਸਤੋ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਤੁਹਾਡੇ ਲਈ ਅੱਗੇ ਲੈ ਕੇ ਆਉਂਦਾ ਰਹੂੰਗਾ। ਸੋ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।